ਅਮਰਿਤਪਾਲ ਸਿੰਘ ਕਹਿੰਦਾ ਕੱਲ ਮੀਡੀਆ ਦੇ ਵਿੱਚ ਵੀ ਭਗਤ ਸਿੰਘ ਬਹੁਤ ਛੋਟੀ ਉਮਰ ਦਾ ਸੀਗਾ ਉਹ 22-24 ਸਾਲ ਦੀ ਉਮਰ ਦਾ ਸੀ ਤੇ ਉਹਨੂੰ ਕੱਖ ਨਹੀਂ ਸੀ ਪਤਾ ਹੱਲੇ ਐਸ ਉਮਰ ਦੇ ਵਿੱਚ ਕੁਝ ਨਹੀਂ ਪਤਾ ਹੁੰਦਾ ਤੇ ਮੈਂ ਗਰੰਟੀ ਦੇ ਕੇ ਕਹਿ ਸਕਦਾ 99.9% ਜਿਹੜੇ ਬੰਦੇ ਉਹਦੇ ਮਗਰ ਲੱਗੇ ਹੋਏ ਆ ਉਹ ਐਸੀ ਉਮਰ ਦੇ ਆ ਜਿਹੜੇ ਬੰਦੇ ਇਸ ਟਾਈਮ ਅਮਰਿਤਪਾਲ ਨੂੰ ਫੋਲੋ ਕਰ ਰਹੇ ਆ ਉਹ ਐਸੀ ਉਮਰ ਦੇ ਆ ਵੀ ਉਹਦੀ ਗੱਲ ਇਹ ਹੀ ਸੁਣ ਲਓ ਜਿਹੜੀ ਅਮਰਿਤਪਾਲ ਕਹਿ ਰਿਹਾ ਵੀ ਭਗਤ ਸਿੰਘ ਜਿਹੜਾ ਸੀ ਉਹ ਸਰਕਾਰ ਦਾ ਸਰਕਾਰੀਆ ਬੰਦਾ ਸੀ ਸਰਕਾਰ ਦੇ ਹੱਥ ਵਿੱਚ ਹੀ ਭੁਗਤਦਾ ਸੀਗਾ ਉਹਨੂੰ ਸਿੱਧਾ ਸਵਾਲ ਕੀਤਾ ਉਹਨੇ মিডিਆ ਵਾਲੇ ਨੇ ਵਧੀਆ ਸਵਾਲ ਕਰ ਰਹੇ ਸੀ ਬਾਰ-ਬਾਰ ਉਹ ਕਹਿੰਦਾ ਵੀ ਉਹ ਤਾਂ ਕਰਤਾਰ ਸਿੰਘ ਦੀ ਸਰਾਬੇ ਦੀ ਸੋਚ ਹੈ ਉੱਤੇ ਪਹਿਲਾਂ ਨਹੀਂ ਕਹਿੰਦਾ ਨਹੀਂ 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 ਗਦਰੀ ਬਾਬਿਆਂ ਦੀ ਕਰਤਾਰ ਸਿੰਘ ਸਰਾਬੇ ਦੀ ਸੋਚ ਹੋਰ ਸੀ ਇਤਿਹਾਸ ਪੜੋ ਹਿਸਟਰੀ ਪੜੋ ਮੈਨੂੰ ਨਹੀਂ ਲੱਗਦਾ ਉਹਨੇ ਖੁਦ ਆਪ ਕੋਈ ਹਿਸਟਰੀ ਪੜ੍ਹੀ ਹੈ ਭਾਈ ਤੂੰ ਖੁਦ ਭਗਤ ਸਿੰਘ ਦੀ ਕਿਤਾਬ ਹੀ ਪੜ੍ਹ ਲਾ ਉਹ ਖੁਦ ਕਹਿ ਰਿਹਾ ਵੀ ਮੈਂ ਕਰਤਾਰ ਸਿੰਘ ਸਰਾਬੇ ਦੇ ਕਦਮਾਂ ਤੇ ਚੱਲ ਰਿਹਾ ਖੁਦ ਭਗਤ ਸਿੰਘ ਕਹਿ ਰਿਹਾ ਆਪਣੀ ਸਵੈ ਜੀਵਨੀ ਚ ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰ ਰਿਹਾ ਤੇ ਉਹ ਕਹਿੰਦਾ ਨਹੀਂ ਨਹੀਂ ਜੀ ਕਰਤਾਰ ਸਿੰਘ ਸਰਾਬਾਤ ਸਿੱਖੀ ਉੱਤੇ ਪੰਥ ਉੱਤੇ ਚੱਲਣ ਵਾਲਾ ਬੰਦਾ ਸੀ ਉਹ ਪੂਰੇ ਪੂਰਾ ਬੇਗੰਪੁਰਾ ਦਾ ਸੁਧਾਰ ਚਾਹੁੰਦਾ ਸੀ ਖਾਲਸਤਾਨ ਚਾਹੁੰਦਾ ਸੀ ਤਾਂ ਕਰਕੇ ਉਹ ਲੜ ਰਿਹਾ ਸੀ ਐਦਾਂ ਹੀ ਗਦਰੀ ਬਾਬੇ ਇਹਨਾਂ ਵਿੱਚੋਂ ਅੱਧੇ ਜਿਹੜੇ ਜਦੋਂ ਉਹਨਾਂ ਦੀ ਗੱਲ ਹੁੰਦੀ ਹੈ ਗਦਰੀ ਬਾਬਿਆਂ ਦੀ ਉਹਨਾਂ ਨੂੰ ਪਾਣੀ ਪੀ ਪੀ ਕੋਸਣ ਡੇ ਹੁੰਦੇ ਵੀ ਉਹ ਕਾਮਰੇਡ ਸੀ ਸੋ ਇਹਨਾਂ ਦਾ ਕੋਈ ਸਟੈਂਡ ਨਹੀਂ ਆ ਇਹ ਸਿਰਫ ਤੁਹਾਨੂੰ ਮੂਰਖ ਬਣਾਉਣ ਤੋਂ ਰਿਹੋਏ ਆ ਕਿੰਨਾਂ ਨੂੰ ਜਿਹੜੇ ਉਸ ਉਮਰ ਦੇ ਆ ਜਿਨ੍ਹਾਂ ਨੂੰ ਇਹ ਕਹ ਰਹੇ ਉਹ ਮੂਰਖ ਹੁੰਦੇ ਆ ਪਜਿਵੇਂ ਭਗਤ ਸਿੰਘ ਮੂਰਖ ਸੀਗਾ ਉਹ ਮੂਰਖ ਹੀ ਹੁੰਦੇ ਐ ਉਮਰ ਚ ਕੱਖ ਨਹੀਂ ਪਤਾ ਹੁੰਦਾ ਤੇ ਆਪ ਇਹ ਦਾੜੀਆਂ ਰੰਗ ਕੇ ਜਾਂ ਇਹ ਪੁੱਠੀਆਂ ਸ਼ੇਵਾਂ ਕਰ ਕਰਕੇ ਜਾਂ ਐਦਾਂ ਦਾ ਭੇਸ ਬਣਾਵਨਾ ਕਿ ਯੰਗ ਦਿਖਣ ਦੀ ਕੋਸ਼ਿਸ਼ ਕਰਦੇ ਤੁਸੀਂ ਕਿ ਉਹ ਜੰਗ ਦੇਖਦੇ ਆ ਤੁਸੀਂ ਕਿਹੜੇ 40 50 ਸਾਲ ਦੀ ਉਮਰ ਦੇ ਆ ਤੁਸੀਂ ਤਾਂ ਆਪਣੀ ਉਮਰ 5 7 ਸਾਲ ਵੈਸੇ ਘਟਾ ਰਹੇ ਤੁਹਾਡਾ ਜਿਹੜਾ ਪਹਿਲਾ ਜਥੇਦਾਰ ਸੀ ਉਹ ਘਟਾ ਕੇ ਦੱਸ ਰਿਹਾ ਸੀ ਤਾਂ ਮੈਨੂੰ ਲੱਗਦਾ ਅਮਰਤਪਾਲ ਵੀ ਇਹੀ ਇਸ ਲੀਗ ਦੇ ਉੱਤੇ ਆ ਪੀ ਜਾਂ ਤੇ ਅਮਰਤਪਾਲ ਦੀ ਉਮਰ 40 45 ਸਾਲ ਆ ਤੂੰ ਕਹਦੇ ਪਈ ਭਾਈ ਮੈਂ ਤਾਂ ਵੱਡਾ ਉਮਰ ਦਾ ਮੈਨੂੰ ਪਤਾ ਆ ਵੀ ਐਸ ਉਮਰ ਵਾਲਿਆਂ ਨੂੰ ਕਮਲ ਪਤਾ ਨਹੀਂ ਹੁੰਦਾ ਪਰ ਤੇਰੀ ਤੂੰ ਆਪ ਹੀ ਗੱਲ ਕਰ ਰਿਹਾ ਤੇਰੇ ਉੱਤੇ ਲੱਗ ਹੁੰਦੀ ਤੂੰ ਵੀ ਨਹੀਂ ਵੱਡੀ ਉਮਰ ਦਾ ਲੱਗ ਰਿਹਾ ਤੈਨੂੰ ਖੁਦ ਨਹੀਂ ਪਤਾ ਹੱਲੇ ਪੀ ਕੀ ਸਹੀ ਆ ਤੇ ਕੀ ਗਲਤ ਆ ਤੂੰ ਖੁਦ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਤੂੰ ਖੁਦ ਕਹਿ ਰਿਹਾ ਪਈ ਐਸ ਉਮਰ 'ਚ ਪਤਾ ਨਹੀਂ ਹੁੰਦਾ ਪਈ ਸਹੀ ਕੀ ਆ ਤੇ ਗਲਤ ਕੀ ਆ ਕਿਤੇ ਤੂੰ ਗਲਤ ਰਸਤੇ 'ਤੇ ਤਾਂ ਨਹੀਂ ਤੁਰ ਪਿਆ ਜਾਂ ਏਜੰਸੀਆਂ ਦੇ ਹੱਥਾਂ 'ਚ ਤਾਂ ਨਹੀਂ ਖੇਡਣ ਲੱਪਿਆ ਕਈ ਵਾਰ ਇਦਾਂ ਹੁੰਦਾ ਤੁਸੀਂ ਏਜੰਸੀਆਂ ਦੇ ਹੱਥਾਂ 'ਚ ਖ ਅਗਲੇ ਤੁਹਾਨੂੰ ਵਰਤ ਜਾਂਦੇ इमोशनल ਕਰਕੇ ਔਰ ਬਹੁਤ ਸਾਰੇ 84 ਦੇ ਸਮੇਂ ਤੇ ਵਰਤੇ ਗਏ ਆ ਜਿਹਨੂੰ ਇਦਾਂ ਯੂਜ਼ ਕੀਤਾ ਗਿਆ इमोशनल ਕਰ ਕਰਕੇ ਔਰ ਕਿਉਂਕਿ ਸਿੱਖੀ ਪ੍ਰਤੀ ਹਰ ਸਿੱਖ ਨੂੰ ਬਹੁਤ ਪਿਆਰ ਹੈ ਜਿੱਥੇ ਗੁਰੂ ਨਾਨਕ ਦੀ ਗੱਲ ਆ ਜਾਂਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲ ਆ ਜਾਂਦੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਜਾਂਦੀ ਉੱਥੇ ਅਸੀਂ ਮਰਨ ਮਰਉਣ ਨੂੰ ਤਿਆਰ ਹੋ ਜਾਂਦੇ ਆ ਪਰ ਤੁਹਾਡਾ ਨੈਰੇਟਿਵ ਚੇਂਜ ਕੀਤਾ ਜਾ ਰਿਹਾ ਅਸੀਂ ਕਲਪੀ ਜਾਂਨੇ ਸਾਡਾ ਇਤਿਹਾਸ ਵਿਗਾੜਤਾ ਗਿਆ ਸਾਡਾ ਇਤਿਹਾਸ ਸੰਤੋਖ ਸਿੰਘ ਨੇ ਵਿਗਾੜਤਾ ਸਾਡਾ ਇਤਿਹਾਸ ਫਲਾੜੇ ਨੇ ਵਿਗਾੜਤਾ ਰਤੂ ਸਿੰਘ ਭੰਗੂ ਨੇ ਉਹ ਤੁਹਾਡੀਆਂ ਅੱਖਾਂ ਸਾਹਮਣੇ ਵਿਗੜੀ ਜਾਂਦੇ 84 ਵਾਲਾ ਇਤਿਹਾਸ ਆ ਸਰਿੰਦਰ ਸਿੰਘ ਨੇ ਜਖਣਾ ਪਟਕੇ ਰੱਖਤੀ 84 ਵਾਲੇ ਇਤਿਹਾਸ ਦੀ ਆ ਜਿਹੜੀ ਵੀਡੀਓ ਬਣਾਈ ਹੈ ਨੇ ਮੂਵੀ ਬਣਾਈ ਆ ਉਹਦੇ ਵਿੱਚ ਟੋਟਲੀ ਟੋਟਲੀ ਨੈਰੇਟਿਵ ਚੇਂਜ ਕੀਤਾ ਗਿਆ ਹੈ